ਅਸਲਾਮ ਵਾਲੇਕਮ ਦੋਸਤੋ, ਕੀ ਹਾਲ ਚਾਲ ਹੈ? ਠੀਕ ਹੋ, ਸੋਹਣੇ ਹੋ, ਪਿਆਰੇ ਹੋ? ਮੈਂ ਜੀ ਤੁਹਾਡਾ ਆਪਣਾ ਦੋਸਤ ਸੁਲਤਾਨ ਸ਼ੇਖ, ਪੰਜਾਬ ਦੇ ਖੂਬਸੂਰਤ ਅਸੰਤੀ ਸ਼ਹਿਰ ਸਿਆਲਕੋਟ ਤੋਂ ਅਤੇ ਪਿੰਡ ਜਨਾਬ ਪੂਰਵ ਕਲੇਰ। ਅੱਛਾ, ਮੈਂ ਮੌਜੂਦ ਹਾਂ ਇਸ ਵੇਲੇ ਆਪਣੇ ਲਸਣ ਦੇ ਖੇਤ ਦੇ ਵਿੱਚ, ਅਤੇ ਇੱਥੋਂ ਪੁੱਟਣ ਗਿਆ ਜਨਾਬ ਲਸਣ, ਬੜਾ ਖੂਬਸੂਰਤ ਅਤੇ ਦੇਸੀ ਲਸਣ ਜਿਹੜਾ ਉਹ ਲਾਇਆ, ਅਤੇ ਤੁਹਾਨੂੰ ਦੱਸ ਰਿਹਾ ਜੀ ਲਸਣ ਜਿਹੜਾ ਉਹ ਕਿਸ ਤਰ੍ਹਾਂ ਪੁੱਟਿਆ, ਕਿਸ ਤਰ੍ਹਾਂ ਜਾਂਦਾ ਵੇ। ਅਤੇ ਅਸੀਂ ਜਨਾਬ ਪੁੱਟਾਂਗੇ ਲਸਣ, ਅਤੇ ਉਸ ਤੋਂ ਬਾਅਦ ਕਰਾਂਗੇ ਆਪਣਾ ਖੇਤ ਸਾਫ਼, ਅਤੇ ਚੱਲਣੇ ਆ। ਸਭ ਤੋਂ ਪਹਿਲਾਂ ਜੀ ਪੁੱਟਣੇ ਅਸੀਂ ਆਪਣਾ ਲਸਣ। ਲੋਕ ਰਹਿਤੇ ਯਾਰ, ਮਾਸ਼ਾਅੱਲਾ ਸੋਹਣਾ ਦੇਸੀ ਲਸਣ ਜਿਹੜਾ ਲਾਇਆ, ਅਤੇ ਜ਼ਮੀਨ ਨੂੰ ਕੀਤਾ ਪਹਿਲਾਂ ਨਰਮ, ਪਾਣੀ ਵਿੱਚ ਲਾਇਆ ਸੀ ਤਾਂ ਕਿ ਆਸਾਨੀ ਦੇ ਨਾਲ ਜਿਹੜਾ ਨਾ ਇਹ ਪੁੱਟਿਆ ਜਾਏ। ਅਭੀ ਮਜ਼ਾ ਆਏਗਾ ਨਾ ਭਿੜੋ। ਇਹ ਵੇਖ ਸਕਦੇ ਹੋ ਕਿਸ ਤਰ੍ਹਾਂ ਜਨਾਬ ਇਹਨੂੰ ਅਸੀਂ ਜਿਹੜਾ ਨਾ ਇੱਥੋਂ ਪੁੱਟ ਰਹੇ ਹਾਂ। ਬਸ ਹੱਥ ਪਾਉਣਾ ਅਤੇ ਇੰਜਨ ਜਿਹੜਾ ਨਾ ਅਸੀਂ ਇਹਨੂੰ ਪੁੱਟੀ ਜਾਣਾਂਗੇ। ਇਹ ਦੇਖ ਸਕਦੇ ਹੋ ਜੀ ਖੂਬਸੂਰਤ ਤਾਜ਼ਾ ਦੇਸੀ ਲਸਣ ਜਿਹੜਾ ਇਹ ਜਿਹੜਾ ਲਾਇਆ ਸੀ, ਅਤੇ ਉਹਦੀ ਹੁਣ ਆ ਗਈ ਹੈ ਜਨਾਬ ਪੁੱਟਣ ਦੀ ਵਾਰੀ, ਅਤੇ ਉਹਨੂੰ ਅਸੀਂ ਹੁਣ ਪੁੱਟਣ ਦੇ ਹਾਂ। ਇਸ ਤਰਫ ਤੋਂ ਲਸਣ ਇੱਕ ਦਿਨ ਪਹਿਲਾਂ ਜਿਹੜਾ ਸੀ ਉਹ ਸਭ ਪੁੱਟ ਲਿਆ ਸੀ, ਤਾਂ ਕਿ ਇਸ ਜਗ੍ਹਾ ਨੂੰ ਖਾਲੀ ਜਲਦ ਅਜ ਜਲਦ ਕੀਤਾ ਜਾਏ ਔਰ ਇਹਦੀ ਸਫਾਈ ਕਰਕੇ, ਅਤੇ ਇੱਥੇ ਨਵੀਂ ਫਸਲ ਵਾਸਤੇ ਇਸ ਜਗ੍ਹਾ ਨੂੰ ਤਿਆਰ ਕੀਤਾ ਜਾਏ। ਅਤੇ ਹੁਣ ਇਨਸ਼ਾਅੱਲਾ ਜੀ ਅਸੀਂ ਕਰਾਂਗੇ ਇਸ ਜਗ੍ਹਾ ਦੀ ਤਿਆਰੀ। ਇੱਕ, ਦੋ, ਤਿੰਨ, ਚਾਰ, ਪੰਜ, ਮਾਸ਼ਾਅੱਲਾ ਪੰਜ ਕਿਆਰੇ ਜਨਾਬ ਲਸਣ ਲਾਇਆ ਸੀ, ਅਤੇ ਲਸਣ ਜਿਹੜਾ ਬੜਾ ਹੀ ਜ਼ਬਰਦਸਤ, ਅੱਛੀ ਅੱਛੀ ਗੰਢੀ ਜਿਹੜੀ ਉਹ ਨਿਕਲੀ। ਹਾਂਜੀ, ਮਾਸ਼ਾਅੱਲਾ ਜੀ ਚਾਰ ਤੋੜੇ ਜਿਹੜੇ ਨੇ ਉਹ ਲਸਣ ਦੇ ਵਿੱਚੋਂ ਨਿਕਲੇ ਨੇ। ਮੇਰਾ ਮਜ਼ਾਕ। ਅਤੇ ਇਸ ਤਰ੍ਹਾਂ ਵੀ ਤੁਹਾਨੂੰ ਦਿਖਾਉਂਦੇ ਹਾਂ ਲਸਣ ਜਿਹੜਾ ਲੱਗਾ, ਪਰ ਇਸ ਲਸਣ ਦੀ ਜਿਹੜੀ ਹੈ ਨਾ ਅੱਛੀ ਤਰ੍ਹਾਂ ਹਿਫਾਜ਼ਤ ਨਹੀਂ ਕੀਤੀ ਗਈ, ਕੇਅਰ ਨਹੀਂ ਕੀਤੀ ਗਈ, ਅਤੇ ਇਹ ਵੇਖਦੇ ਹਾਂ ਜੀ। ਮਾਸ਼ਾਅੱਲਾ ਜੀ ਦੇਸੀ ਲਸਣ, ਮੋਟਾ ਮੋਟਾ ਲਸਣ ਜੀ, ਕਿਆ ਬਾਤ ਹੈ! ਓਏ ਕਮਾਲ ਦਾ, ਕਮਾਲ ਦਾ ਲਸਣ, ਵਾਹ ਵਾਹ! ਅਗਰ ਜਗ੍ਹਾ ਦੀ ਅੱਛੀ ਤਰ੍ਹਾਂ ਸਫਾਈ ਨਾ ਨਾ ਕੀਤੀ ਜਾਏ, ਤਾਂ ਇੱਥੇ ਜਿਹੜੀ ਫਸਲ ਲਗਾਈ ਜਾਂਦੀ ਉਹਦੇ 'ਚ ਜੜੀ ਬੂਟੀ ਜਿਹੜੀ ਨਾ ਬਹੁਤ ਜ਼ਿਆਦਾ ਪੈਦਾ ਹੋ ਜਾਂਦੀ ਹੈ। ਜਿਨ੍ਹਾਂ ਦੇ ਛੋਟੇ ਛੋਟੇ ਰਕਬੇ ਨੇ ਨਾ, ਇਹ ਕੋਈ ਪੰਜ ਪੰਜ ਛੇ ਛੇ ਮਰਲੇ ਦੇ, ਉਹ ਜਨਾਬ ਆਪਣੇ ਇਸ ਜ਼ਮੀਨ ਨੂੰ ਕਾਬਲੇ ਕਾਸ਼ਤ ਬਣਾਉਣ ਕਰਨ, ਇੱਥੇ ਲਾਣ ਕਰਨ ਲਸਣ, ਪਿਆਜ਼, ਟਮਾਟਰ, ਧਨੀਆ, ਇਸ ਤਰ੍ਹਾਂ ਦੇ ਮਸਾਲਾ ਜਾ ਜਿਹੜੇ ਨਾ ਲਗਾਓ, ਤਾਂ ਕਿ ਘਰ ਦੀਆਂ ਚੀਜ਼ਾਂ ਜਿਹੜੀਆਂ ਨਾ ਪੈਦਾ ਹੋਣ। ਅਤੇ ਅਸਾਂ ਦਾ ਕਿ ਬੜਾ ਜਨਾਬ ਮਾਸ਼ਾਅੱਲਾ ਸਾਡਾ ਲਸਣ ਜਿਹੜਾ ਨਾ ਇੱਥੋਂ ਨਿਕਲਿਆ, ਚਾਰ ਤੋੜੇ ਲਸਣ ਦੇ ਕੱਢੇ ਨੇ, ਅਤੇ ਇਹ ਅਸੀਂ ਜਨਾਬ ਆਪਣੇ ਰਿਸ਼ਤੇਦਾਰਾਂ ਨੂੰ ਦਾਂਗੇ, ਆਪਣੇ ਵਿਹੜੇ ਮਹੱਲੇ ਦੇ ਵਿੱਚ ਜਿਹੜਾ ਨਾ ਤਕਸੀਮ ਕਰਾਂਗੇ, ਕਿਉਂਕਿ ਚੀਜ਼ ਜਿਹੜੀ ਨਾ ਤੋਹਫੇ ਦੇ ਤੌਰ 'ਤੇ ਹੁੰਦੀ ਹੈ। ਅਤੇ ਘਰ ਦੀ ਚੀਜ਼ ਦਾ ਜੀ ਆਪਣਾ ਮਜ਼ਾ, ਅਤੇ ਮਾਸ਼ਾਅੱਲਾ ਕਾਫੀ ਲਸਣ ਕੱਢਿਆ, ਅਤੇ ਮੋਟੇ ਮੋਟੇ ਜਿਹੜੇ ਨਾ ਗੰਢੇ ਉਹ ਅਸਾਂ ਇੱਥੋਂ ਜਿਹੜੇ ਨਾ ਕੱਢੇ ਨੇ। ਮਾਸ਼ਾਅੱਲਾ ਲਸਣ ਜਿਹੜਾ ਉਸਾਂ ਲਿਆ ਪੁੱਟ, ਅਤੇ ਹੁਣ ਕੀਤੀ ਜਾਣ ਡਈ ਹੈ ਸਫਾਈ, ਅਤੇ ਸਫਾਈ ਕਰਨ ਤੋਂ ਬਾਅਦ ਜਨਾਬ ਇਹਦੇ ਅੰਦਰ ਬੀਜੀ ਜਾਏਗੀ ਚਰੀ, ਤਾਂ ਕਿ ਅੱਗੋਂ ਜਾਨਵਰਾਂ ਵਾਸਤੇ ਜਿਹੜਾ ਚਾਰਾ ਉਹ ਵੀ ਜਲਦ ਅਜ ਜਲਦ ਜਿਹੜਾ ਨਾ ਤਿਆਰ ਹੋ ਸਕੇ, ਅਤੇ ਇਹਦੀ ਮੁਕੰਮਲ ਤੌਰ 'ਤੇ ਜਿਹੜੀ ਨਾ ਸਫਾਈ ਉਹ ਕੀਤੀ ਜਾਏਗੀ। ਸਾਹਮਣੇ ਜਨਾਬ ਇਸ ਤਰਫ ਜ਼ਬੈਰ ਜਿਹੜਾ ਨਾ ਉਹ ਬੰਨਿਆਂ ਦੀ ਸਫਾਈ ਕਰਨ ਡਿਆ, ਤਾਂ ਕਿ ਉਸ ਸਾਈਡ ਤੋਂ ਵੀ ਜਿਹੜੀ ਸਫਾਈ ਹੈ ਉਹ ਜਲਦ ਅਜ ਜਲਦ ਮੁਕੰਮਲ ਹੋ ਜਾਵੇ।
ਤੇ ਉਧਰ ਵੀ ਰਸਾ ਜਿਹੜਾ ਨਾ ਸਾਫ ਹੋ ਜੇ, ਤੇ ਇਸ ਤਰਫ ਜਿਹੜਾ ਨਾ ਚਾਰਾ ਉਹ ਲਾਇਆ ਜੇ, ਇਹ ਵੀ ਸ਼ਟਾਲੇ ਦਾ ਚਾਰਾ, ਤੇ ਇਹ ਆਏਗਾ ਜਾਨਵਰਾਂ ਦਾ ਹੀ ਤਕਰੀਬਨ ਮਹੀਨਾ ਡੇਢ ਮਹੀਨਾ ਜਿਹੜਾ ਨਾ ਕੰਮ। ਹਾਂਜੀ ਅਮਰ ਭਾਈ ਹੋ ਗਈ ਸਫਾਈ ਤੇ ਹੁਣ ਚਲਾਈਏ ਕੋਈ ਹੱਲ ਸ਼ਾਲੇ ਦੇ ਵਿੱਚ। ਬਾਜੀ ਸਾਰੀ ਤਕਰੀਬਨ ਜਿਹੜੀ ਨਾ ਸਾਡੇ ਖੇਤ ਦੀ ਸਫਾਈ ਉਹ ਗਈ ਹੋ, ਅਤੇ ਅਸੀਂ ਹੋ ਗਏ ਹੁਣ ਬਿਲਕੁਲ ਫਰੀ, ਅਤੇ ਹੁਣ ਜਨਾਬ ਚੱਲਾਂਗੇ ਅਸੀਂ ਵਾਪਸ ਘਰ ਦੀ ਤਰਫ, ਅਤੇ ਜਾ ਕੇ ਕਰਾਂਗੇ ਸੁਬਹਾ ਦਾ ਹੁਣ ਜ਼ਬਰਦਸਤ ਨਾਸ਼ਤਾ। ਮੇਰੀ ਅੱਜ ਦੀ ਵੀਡੀਓ ਹੋ ਗਈ ਹੈ ਮੁਕੰਮਲ। ਅਗਰ ਮੇਰੀ ਵੀਡੀਓ ਲੱਗੇ ਚੰਗੀ ਤਾਂ ਮੇਰੀ ਵੀਡੀਓ ਨੂੰ ਇੱਕ ਲਾਈਕ ਕਰ ਦੇਣਾ, ਅਤੇ ਮੇਰੀ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਨਾ, ਅਤੇ ਜਿਹੜੇ ਦੋਸਤ ਮੇਰੇ ਚੈਨਲ 'ਤੇ ਨਏ ਉਹ ਜਲਦੀ ਜਲਦੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਉ, ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਬਰ ਵਕਤ ਮਿਲਦਾ ਰਹੇ। ਮੈਨੂੰ ਦਵੋ ਇਜਾਜ਼ਤ, ਹਮੇਸ਼ਾ ਖੁਸ਼ ਰਹੋ, ਆਬਾਦ ਰਹੋ। ਅੱਲਾ ਹਾਫਿਜ਼।